ਜੱਟ ਵੇਲੋ ਕੈਸੇ ਨੋ ਵਾ ਜੱਟ ਫਿਰੇ ਭੁੱਲ ਟੁੱਕਦੀ ਹਾਇਓ ਹੁਣ ਕਿੱਥੇ ਪਿੰਡ ਮੁੜਦੇ ਅੱਜ ਨਾ ਦੇ ਤੂੰ ਪਿੰਡ ਪੁੱਛਦੀ ਹਾਇਓ ਹੁਣ ਕਿੱਥੇ ਪਿੰਡ ਫਾਇਦਾ ਨਹੀਂ ਉਹ ਪਿੱਛੋਂ ਪਛਤਾਉਣ ਦਾ ਫਾਇਦਾ ਨਹੀਂ ਉਹ ਪਿੱਛੋਂ ਪਛਤਾਉਣ ਦਾ ਜੇ ਹੁਣ ਤੂੰ ਕਦਰ ਨਾ ਜਾਣੀ ਨੀ ਕੁੜੀਆਂ ਨੂੰ ਕਾਫੀ ਨਿੱਤ ਪੁੱਛਦੇ ਕਦੇ ਮਾਪਿਆਂ ਨੂੰ ਪੁੱਛਿਆ ਤੇ ਪਾ ਚਾਚੀ ਮੈਂ ਛਾਇਆ ਚੱਲਾ ਮੋਮਸ ਲੈ ਕੇ ਦਿੱਲੀ ਖਾਣ ਲਈ ਅਗਲਾ ਪਿਆ ਮੋਸਾ ਨੂੰ ਮਨਚੂਰੀਆ ਸਹੀ ਆ ਮਨਚੂਰੀਆ ਠੀਕ ਹੋ ਗਈ ਸਹੀ ਆ ਡਾਕਟਰਾ ਮੇਰਾ ਮੋਟੇ ਪੇਟ ਦਾ ਵੀ ਹੱਲ ਕਰੋ ਏ ਤੂੰ ਸੁਭਾ ਦੋ ਹੀ ਰੋਟੀਆਂ ਖਾਇਆ ਕਰੋ ਬਾ ਇਹ ਖਾਣਾ ਖਾਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਪਿੰਡ ਖਾਨਪੁਰ ਚ ਤੁਸੀਂ ਟੈਂਟ ਲੱਗੇ ਦੇਖ ਸਕਦੇ ਹੋ ਕੱਲ ਨੂੰ ਮੇਲਾ ਤੇ ਲਾਈਵ ਸ਼ੋ ਕਰਾਇਆ ਜਾ ਰਿਹਾ ਤੁਸੀਂ ਸਾਰੇ ਵੀਰਾਂ ਨੇ ਪਹੁੰਚਣਾ ਇਸ ਲਾਈਵ ਸ਼ੋ ਤੇ ਕਿਉਂਕਿ ਇਹ ਲਾਈਵ ਸ਼ੋ ਆਪਣਾ ਨਹੀਂ ਗਾ ਆਪਣਾ ਨਹੀਂ ਗਾ ਸਾਨੂੰ ਵੀ ਸਾਦਾ ਹੀ ਨਹੀਂ ਓਹੋ ਗਰਮੀ ਬੜੀ ਯਾਰ ਪੱਖਾ ਬਣਵਾਈਏ ਯਾਰ ਇੱਧਰ ਪਸਾ ਦਾ ਤੂੰ ਇੱਧਰ ਲਿਆ ਕੇ ਯਾਰ ਗਰਮੀ ਬੜੀ ਤਾਂ ਅੱਜਾ ਮੈਂ ਮੈਨੂੰ ਗੁੱਸਾ ਬੜਾ ਆਇਆ ਮੈਂ ਕੀ ਕਰ ਲਗਾ ਗੁੱਸਾ ਬੜਾ ਆਇਆ ਯਾਰ ਮੈਂ ਬਾਤ ਕਰ ਲਗਾ ਤੋ ਯਾਰ ਖੜ ਜਾ ਯਾਰ ਫਾਣ ਲੈਣੀ ਓ ਨਾ ਤੇ ਜਣੀ ਓ ਮੇਰੇ ਨਾਲ ਓ ਨਾ ਓ ਮੈਂ ਨਾ ਯਾਰ ਨਹੀਂ ਹੱਥ ਦੋ ਮੇਰੇ ਖਤਰਾ ਨਹੀਂ ਕੋਈ ਯਾਰ ਬਹਿ ਜਾ ਜਾਓ ਯਾਰ ਕੀ ਆਇਆ ਓ ਮੇਰੇ ਫੱਲੇ ਦਾ ਹੋ ਬਹਿ ਜਾ ਯਾਰ ਥਲੇ ਓ ਬਹਿ ਜਾ ਮਾ ਆਵੇ ਹਾ ਹਾ ਰਸਾ ਕਿੱਥੇ ਆ ਓਏ ਓਏ ਉਹ ਖੂਜ ਡਿੱਗ ਪਿਆ ਓਏ ਉਹ ਰਸਾ ਉਹ ਰਸਾ ਗਿਆ ਉਹ ਕਿਉਂ ਲੰਮੇ ਲੰਮੇ ਵੈਨ ਪਾਈ ਜਾਨੀ ਆ ਉਹ ਨੰਦੂ ਦਾ ਕੁੱਤਾ ਡਿੱਗ ਪਿਆ ਖੂਜ ਉਹਨੂੰ ਬਾਹਰ ਕੱਢਣਾ ਦਰ ਫਿੱਡੇ ਮੂੰਹ ਤੇਰਾ ਭਾਈ ਭਲਾ ਤੁਸੀਂ ਕੰਮ ਕੀ ਕਰਦੇ ਆਮ ਦ ਡਾਇਰੈਕਟਰ ਆਫ ਦੀ ਗੋ ਡਿਵੈਲਪਮੈਂਟ ਐਂਡ ਰਿਸਰਚ ਇੰਸਟੀਟਿਊਟ ਵੱਡਾ ਹੀ ਅਫਸਰ ਲੱਗਦਾ ਕੋਈ ਇਹਦਾ ਮਤਲਬ ਕੀ ਭਾਈ ਭਾਜੀ ਮੈਂ ਬੱਕਰੀਆਂ ਚਾਰਦਾ ਵਾਂ ਉਧਰ ਫਿੱਟੇ ਮੂੰਹ ਤੇਰੇ ਕੀ ਕਰਦਾ ਹੁੰਦਾ ਪਿੰਦਰ ਬਾਈ ਸਭ ਤੋਂ ਤਗੜਾ ਪਿੰਦਰ ਕੁਰਸੀ ਦੇ ਨਾਲ ਸੌਣ ਬਣਾਉਂਦਾ ਜੇ ਜਦੋਂ ਗੈਂ ਛੱਡਦਾ ਕੁਰਸੀ ਵੀ ਪਾਵੋ 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 ਗੈਸ ਕਿਵੇਂ ਛੱਡਦਾ ਗੈਸ ਬੜੀ ਤਗੜੀ ਕੁਰਸੀ ਦੇ ਨਾਲ ਪਤਾ ਨੀ ਸੌਂਡ ਕਿਵੇਂ ਬਣਾਉਂਦਾ ਕੁਰਸੀ ਥੱਲਾ ਪਾੜ ਦਿੰਦਾ ਪਰ ਹੋ ਜਾਂਦੀ ਇਹ ਤਾਂ ਨਿਊਕਰੀ ਮਿਸਾਇਲ ਹੀ ਛੱਡਦਾ ਜਿਹੜਾ ਦੋ ਦਿਨ ਪਿੰਡ ਦੋ ਉਂਝ ਮਾਰ ਦਿੰਦਾ ਜਦੋਂ ਜਿਹੜੇ ਦੇ ਕੋਲ ਬੈਠੇ ਹੁੰਦੇ ਅੱਧੇ ਉਂਝ ਮਰ ਜਾਂਦੇ ਨੱਕ ਦੇ ਵਾਲ ਭੁੱਲ ਜਾਂਦੇ ਸੌਰੀ ਸੂਰੀ ਥੈਂਕ ਯੂ ਕਦੇ ਨੀ ਆਖਦੇ ਤੇ ਦੂਜੀ ਗੱਲ ਕਦੇ ਕਹਿੰਦੇ ਨਾ ਪਲੀਜ਼ ਨਹੀਂ ਨਾ ਯਾਰ ਮੇਰੇ ਯਾਰ ਮੇਰੇ ਸਰਾ ਚੀਜ਼ ਨਹੀਂ ਹਰ ਘਰ ਸੌਚ ਮਿਸ਼ਨ
पे आज हम आए हैं मुंबई के मिसेज बत्रा के घर। ओह माय गॉड अक्षय, क्या आप इस मिशन में शामिल होंगी? जरूर, पर कैसे? बस एक सवाल, आप अपना टॉयलेट किससे साफ करती हैं? डिटर्जेंट से।